ਸਵਾਗਤ ਹੈ ਸਾਰਿਆਂ ਦਾ ਆਪਣੇ YouTube ਚੈਨਲ ਦੇ ਵਿੱਚ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦੇ ਬਟਨ ਉੱਪਰ ਕਲਿੱਕ ਕਰਕੇ ਸਨਾਲ ਤੇ ਸੈੱਟ ਕਰੋ ਹੋਰ ਨਵੇਂ ਵੀਡੀਓ ਦੇਖਣ ਦੇ ਲਈ ਤੇ ਆਪਣਾ ਹੈਲਪਲਾਈ ਨੰਬਰ ਕਰ ਲਓ ਜੀ ਨੋਟ 9877299466 ਤੁਸੀਂ ਕੋਈ ਵੀ ਟਰੈਕਟਰ ਜਾਂ ਕਮੈਂਡ ਸ਼ੀਟ ਕਰਨਾ ਹੋਵੇ ਇਸ ਨੰਬਰ ਤੇ ਫੋਟੋਸ ਸੈਂਡ ਕਰ ਸਕਦੇ ਆ ਐਡਾਟੋਡਿ ਕੀਤੀ ਜਾਵੇਗੀ ਫ੍ਰੀ ਦੇ ਵਿੱਚ ਵਿਸ਼ਾਲ 435 ਮਸ਼ੀਨ ਹੈ ਜੀ ਇਹ ਮਸ਼ੀਨ ਸੇਲ ਹੈ ਮਾਡਲ ਹੈ ਜੀ ਇਹ 2002 ਬੈਕ ਟਾਇਰ ਹੈਗੇ ਨਹੀਂ ਮਸ਼ੀਨ ਦੇ 75 ਪੈਸੇ ਹੈ ਫਰੰਟ ਟਾਇਰ ਹੈਗੇ ਨਹੀਂ ਜੀ 80 ਕੇ ਪੈਸੇ ਤੇ ਦੁਬਾਰਾ ਰੰਗ ਕੀਤੀ ਹੋਈ ਹੈ ਤੇ ਪੂਛ ਹੈ ਜਿਹੜੀ ਮਸ਼ੀਨ ਦੀ ਦੁਬਾਰਾ ਤਿਆਰ ਕੀਤੀ ਹੈ ਨਵੇਂ ਮਾਡਲ ਦੇ ਵਿੱਚ ਤੇ ਬਹੁਤ ਹੀ ਦਾ ਸਾਫ਼ ਕੰਡੀਸ਼ਨ ਹੈ ਜੀ ਮਸ਼ੀਨ ਦਾ ਟਾਇਰ ਟੂਰ ਬਿਲਕੁਲ ਓਕੇ ਜੀ ਤੇ ਪ੍ਰਾਈਸ ਹੈਗਾ ਜੀ ਇਸ ਦਾ 6,25,000 ਰੁਪਏ ਥੋੜਾ ਵੋਤ ਲੈ ਸੁ ਜਾਵੇਗਾ ਮੌਕੇ ਤੇ ਔਰੀਕਾન્ડ ਮਸ਼ੀਨਾਂ ਕੰਟੈਕਟ ਨੰਬਰਸ ਵੀ ਇੰਦੇ ਸ਼ੋਅ ਹੋ ਰਿਹਾ ਹੈ ਕੰਟੈਕਟ ਕਰ ਸਕਦੇ ਹੋ ਹੋਰ ਇਨਫੋਰਮੇਸ਼ਨ ਲੈਣੀ ਹੋਵੇ ਜੀ ਤੇ ਤੁਸੀਂ ਪੁੱਛ ਦੇ ਸਕਦੇ ਹੋ ਨਵੇਂ ਮਾਡਲ ਦੇ ਵਿੱਚ ਮਲਕੀਤ ਨੰ 997 ਮਸ਼ੀਨ ਹੈ ਜੀ ਇਹ ਮਸ਼ੀਨ ਸੇਲ ਹੈ ਮਾਡਲ ਹੈ ਜੀ 2015 ਇੰਜਨ ਹੈ ਜੀ ਡਿਸਪੋਜ਼ਲ 02 ਨਾਲ ਹੈਗੀ ਮਸ਼ੀਨ ਦੇ ਟੂਲ ਕਿਟ ਤੇ ਸ਼ਾਵਟਾ ਤੇ ਟਾਇਰ ਹੈ ਨਹੀਂ 70 75 ਵੈਸੇ ਛੂਟੀ ਸਟਪੜੀ ਨਾਲ ਆਈ ਮਸ਼ੀਨ ਦੇ ਤੇ ਕਾਟਰ ਦਾ ਕੰਡੀਸ਼ਨ ਬਹੁਤ ਹੀ ਦਾ ਸਾਫ ਹੈ ਜੀ ਲੋਕਲ ਚੱਲੀ ਹੋਈ ਮਸ਼ੀਨ ਹੈ ਤੇ ਪ੍ਰਾਈਸ ਹੈ ਜੀ ਇਸ ਦਾ 11,75,000 ਰੁਪਏ ਥੋੜਾ ਬਹੁਤ ਲੈਸ ਹੋ ਜਾ ਬਗ ਮੌਕੇ ਦੇ ਬਾਕੀ ਸਾਰਾ ਕੁਝ ਨਾਲ ਦੇ ਹੀ ਮਸ਼ੀਨ ਦਾ ਕੰਡੀਸ਼ਨ ਸਾਫ ਹੈ ਜੀ ਤੇ ਬੈਕ ਟਾਇਰ ਹੈ ਨਹੀਂ 70 75 ਰੁਪਏ ਤੇ ਜਿਸ ਨੇ ਵੀ ਇਹ ਮਸ਼ੀਨ ਲੈਣੀ ਹੋਵੇ ਕਨੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕਨੈਕਟ ਕਰਕੇ ਤੁਸੀਂ ਹੋਰ ਇਨਫਰਮੇਸ਼ਨ ਇਸ ਦੀ ਲੈ ਸਕਦੇ ਹੋ ਤੇ ਖਰੀਦ ਸਕਦੇ ਹੋ ਜੀ ਸਾਫ ਕੰਡੀਸ਼ਨ ਦੇ ਵਿੱਚ ਮਸ਼ੀਨ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਕਲੀਅਰ ਬਿਲਕੁਲ ਫੋਟੋ ਦੇ ਵਿੱਚ ਪ੍ਰੀਤ 987 ਮਸ਼ੀਨ ਹੈ ਜੀ ਇਹ ਮਸ਼ੀਨ ਸੇਲ ਹੈ ਮਾਡਲ ਹੈ ਜੀ ਇਹ 2009 ਇੰਜੀਨਰ ਜੀ ਮਸ਼ੀਨ ਦੇ ਉੱਪਰ 02 ਪੇਟੀ ਬੰਦ ਤੇ ਮਸ਼ੀਨ ਦੇ ਸਾਰੇ ਟਾਇਰ 6 ਦੇ 6 ਟਾਇਰ ਨਾਲ ਦੇ ਨੇ ਜੀ 60 ਪੈਸੇ ਤੇ ਸਾਰਾ ਕੁਝ ਨਾਲ ਦਾ ਜੀ ਮਸ਼ੀਨ ਦਾ ਰੰਗ ਵੀ ਨਾਲ ਦਾ ਹੈ ਤੇ ਅਪੋਲੋ ਦੇ ਫਰੰਟ ਟਾਇਰ ਨੇ ਜੀ ਤੁਸੀਂ ਦੀ ਕੰਡੀਸ਼ਨ ਦੇਖ ਸਕਦੇ ਹੋ ਟਾਇਰਾਂ ਦੇ ਵਿੱਚ ਘੱਟ ਨਹੀਂ ਹੈਗਾ ਤੇ ਲੋਕਲ ਜਲੀ ਮਸ਼ੀਨ ਹੈ ਜੀ ਤੁਸੀਂ ਦੇਖ ਸਕਦੇ ਹੋ ਇੰਜਨ ਦਾ ਕੰਡੀਸ਼ਨ ਦੇਖ ਸਕਦੇ ਜੀ ਇੰਜਨ ਦਾ ਸਾਰਾ ਕੰਮ ਕੀਤਾ ਹੋਇਆ ਤੇ ਗੀਅਰ ਦਾ ਵੀ ਕੀਤਾ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਆ ਕੋਈ ਕੰਮ ਨਹੀਂ ਹੋਣ ਵਾਲਾ ਮਸ਼ੀਨ ਦਾ ਤੇ ਕੰਟੈਕਟ ਨੰਬਰ ਸਕਰੀਨ ਦੇ ਸ਼ੋਅ ਹੋ ਰਿਹਾ ਜਿਸ ਨੇ ਵੀ ਲੈਣੀ ਹੋਵੇ ਇਹ ਮਸ਼ੀਨ ਕੰਟੈਕਟ ਕਰ ਸਕਦੇ ਤੁਸੀਂ ਹੇ ਨੀਚੇ ਸ਼ੋਅ ਹੋ ਰਿਹਾ ਕੰਟੈਕਟ ਨੰਬਰ ਤੇ ਮਸ਼ੀਨ ਦਾ ਹੀ ਪ੍ਰਾਈਸ ਹੈ ਜੀ 890000 ਰੁਪਏ ਥੋੜਾ ਬਹੁਤ ਲੈਸ ਹੋ ਜਾਵੇਗਾ ਮੌਕੇ ਤੇ ਬਾਕੀ ਮਸ਼ੀਨ ਕਿਤੋਂ ਲੱਗੀ ਨਹੀਂ ਹੋਈ ਹੈਗੀ ਸਾਫ ਕੰਡੀਸ਼ਨ ਹੈ ਬੈਕ ਟਾਇਰ ਛੋਟੇ ਟਾਇਰ ਨੇ ਜੀ ਹੀਰਾ 985 ਮਸ਼ੀਨ ਹੈ ਜੀ ਇਹ ਮਸ਼ੀਨ ਸੇਲ ਹੈ ਮਾਡਲ ਹੈ ਜੀ ਇਹ 2007 ਤੇ ਸਾਰਾ ਕੰਮ ਟੋਟਲ ਜਿਹੜਾ ਕੰਮ ਕੀਤਾ ਹੈ ਮਸ਼ੀਨ ਦਾ ਤੇ ਵਧੀਆ ਕੰਡੀਸ਼ਨ ਹੈ ਜੀ ਐਚ ਆਰ ਨੰਬਰ ਮਸ਼ੀਨ ਹੈ ਇਹ ਇੰਜਨ ਗੇਅਰ ਦੀ ਗਾਰੰਟੀ ਹੈ 2007 ਮਾਡਲ ਹੈ ਬੀ ਕੇ ਟੀ ਦੇ 프ਰੰਟ ਟਾਇਰ ਨੇ ਜੀ ਕੰਪਨੀ ਦੇ ਟਾਇਰ ਨੇ ਤੇ ਪ੍ਰਾਈਸ ਹੈ ਜੀ 8 ਲੱਖ 25000 ਰੁਪਏ 2007 ਮਾਡਲ ਹੈ ਜੀ ਇਹ ਮਸ਼ੀਨ ਐਚ ਆਰ ਨੰਬਰ ਤੇ ਪ੍ਰਾਈਸ ਹੈ 8 ਲੱਖ 25000 ਰੁਪਏ ਤੇ ਆਹ ਸਟ ਆਪਣੀ ਨਾਲ ਲਈ ਇਸ ਦੇ ਛੋਟੀ ਵੱਡੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਹੈ ਮਸ਼ੀਨ ਦਾ ਬਹੁਤ ਹੀ ਤਾਂ ਸਾਫ਼ ਹੈ ਜੀ ਤੇ ਆ ਪੰਪ ਤਿਆਰ ਮਡੋਲ ਬਣਾ ਲਿਆ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਕੰਡੀਸ਼ਨ ਸਾਫ਼ ਹੈ ਜੀ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਜਿਸ ਨੇ ਵੀ ਲੈਣੀ ਹੋ ਮਸ਼ੀਨ ਕੋ ਕੰਟੈਕਟ ਕਰ ਸਕਦੇ ਹੋ ਜੀ ਤੇ ਹੋਰ ਇਨਫਰਮੇਸ਼ਨ ਲੈ ਸਕਦੇ ਹੋ ਤੇ ਖਰੀਦ ਸਕਦੇ ਹੋ ਜੀ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ ਮਸ਼ੀਨ ਇਹ ਪੂਰੀ ਸਾਫ਼ ਹੈ ਐਚ ਐਮ ਟੀ 5911 ਟਰੈਕਟਰ ਹੈ ਜੀ ਇਹ ਟਰੈਕਟਰ ਸੇਲ ਹੈ ਜੀ ਮਾਡਲ ਹੈ ਜੀ 1996 ਐਚ ਆਰ ਨੰਬਰ ਹੈ ਟਰੈਕਟਰ ਤੇ ਇੰਜਨ ਨਵਾਂ ਕੀਤਾ ਜੀ ਹਜੇ ਹੁਣੀ ਕੀਤਾ ਤੇ ਪ੍ਰਾਈਸ 2 ਲੱਖ 20000 ਰੁਪਏ ਫਿਕਸ ਨਹੀਂ ਹੈਗਾ ਜੀ ਇਹ ਪ੍ਰਾਈਸ ਹੈ ਥੋੜਾ ਬਹੁਤ ਘੱਟ ਹੋ ਜਾਏਗਾ ਟਾਈਮ ਤੇ ਤੇ ਸਾਰੇ ਟਾਇਰ ਜੀ ਗੂਡিয়ার ਦੇ ਟਾਇਰ ਨੇ ਤੇ ਸਾਫ਼ ਕੰਡੀਸ਼ਨ ਹੈ ਜੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਦਾ ਕੰਮ ਕੀਤਾ ਹੋਇਆ ਸਾਰੇ ਇੰਜਨ ਦਾ ਕੰਮ ਹੋਣ ਵਾਲਾ ਨਹੀਂ ਇੰਜਨ ਦਾ ਕੀਤਾ ਹੋਇਆ ਹੈ ਜੀ ਇੰਜਨ ਦਾ ਨਵਾਂ ਕੀਤਾ ਹੈ ਜੀ ਤੇ ਸਾਫ ਕੰਡੀਸ਼ਨ ਹੈ ਬੈਕ ਟਾਇਰ ਹੈਗੇ ਨਹੀਂ 40 ਕੇ ਪੈਸੇ ਟਰੈਕਟਰ ਦੇ ਫਰੰਟ ਵੀ 30 ਬੈਂਤੀ ਕੇ ਪੈਸੇ ਟਾਇਰ ਨੇ ਤੇ ਕੰਡੀਸ਼ਨ ਸਾਫ ਹੈ ਟਰੈਕਟਰ ਦਾ ਤੁਸੀਂ ਦੇਖ ਸਕਦੇ ਹੋ ਬទਿਆ ਦਾ ਵਧੀਆ ਕੰਡੀਸ਼ਨ ਦਾ ਕੰਡੀਸ਼ਨ ਦੇ ਵਿੱਚ 1996 ਮਾਡਲ ਹੈ ਜੀ 2 ਲੱਖ 20 ਹਜ਼ਾਰ ਰੁਪਏ ਪ੍ਰਾਈਸ ਹੈ ਤੇ ਰਿਮ ਵੀ ਨਾਲ ਦੇਣੀ ਟਰੈਕਟਰ ਦੇ ਐਚ ਐਮਟੀ ਦੇ ਤੁਸੀਂ ਦੇਖ ਸਕਦੇ ਹੋ ਜਿਸ ਨੇ ਵੀ ਲੈਣਾ ਹੋਵੇ ਟਰੈਕਟਰ ਹੀ ਤਾਂ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕੰਟੈਕਟ ਕਰਕੇ ਹੋਰ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ ਤੇ ਖਰੀਦ ਸਕਦੇ ਹੋ ਤੇ ਹਾਂਜੀ ਆਪਣੀ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਘੰਟੀ ਦੇ ਬਟਨ ਉੱਪਰ ਕਲਿੱਕ ਕਰੋ ਤੇ ਹੋਰ ਨਵੀਆਂ ਵੀਡੀਓ ਦੇਖਣ ਲਈ